خلیل آدھے نے ابا جی گمراہی دا رستہ ہے اور جناب خلیل دے انہیں منہ تے جناب تماچا بھاپے نہ کچھ بھی کر سکتا ہے میرے خلیل آدھے نے ابا جی تو آدھیاں مرضیاں نے تکے مارے ابا جی تو آدھیاں مرضیاں نے اور گصہ کیتا ابا جی تو آدھی مرضی آندھے جات رو جائدہ تو آگ کیتا ہے نکل جا میرے کروں جناب خلیل علیہ السلام کرو نکلے نے آندھے نے سلام علیک ابا جی تو آجتے سلام ہونا ہے یہ تو آڈا کردار ہے تے پتر دا حق اے ہوئی باندھا ہے کہ تو آنو سلام کہہ کے جائے ایتھے دا کوئی ہوئے نا پیو پوت وہ آندھا اچھا تو کر میں تینو کوٹ نہ نا کسی دیا دے میں نو پتر کنے کہنا ہے اور فیصل آبادیو رازق کون ہے اچھی کو داتا کون ہے اے تیرا کھاواں تیرے گیت گاواں یا رسول اللہ اور میں سکے جاواں تیرے عقیدے تو تیری محبت تو تیرے انداز تو کعبے دے رب دی قسم ہے قرآن نے کیا ہے اللہ فرماندے نے یا ایوہ الناس انتم الفقراء الاللہ رب اشرح لي صدري ويسر لي امري واحلل عقدة من لساني يفقهوا قولي رب زدني علما رب زدني فهما اعوذ باللہ السمیع العلیم من الشیطان الرجیم بسم اللہ الرحمن الرحیم واذکر فی الکتاب ابراہیم انه كان صديقا نبيا اللہ پاک دی حمد و ثنا دے بعد بے شمار اللہ تعالی درود و سلام آمینہ دے لال پیغمبر بے مثال محبوب رب ذوالجلال شفیع المذنبین رحمت للعالمین سیدنا و امامنا محمد رسول اللہ صلی اللہ علیہ وآلہ وآصحابہ وسلم واسطے سیدنا ابراہیم علیہ الصلات والسلام دی بچپن و جوانی اور نبوت و پہلے دے ایام دی قرآن و سنت دے قرآن و حدیث دے مطابق کچھ عکاسی تساں احباب دے سامنے کیتی اور اج انشاءاللہ الرحمن سیدنا ابراہیم علیہ الصلات والسلام دی نبوت ملن تو بعد تبلیغی سرگرمیاں دے حوالے نال اور تبلیغی سرگرمیاں دی وجہ تو آن والیاں ازمائشاں انشاءاللہ اس حوالے نال چند دے گزارشات کرن دا ارادہ رکھنا میں قرآن پاک دے چند ایک مقامات تو سیدنا ابراہیم علیہ السلام دا ذکر خیر کرن دا ارادہ رکھنا
ਇਬਰਾਹੀਮ ਅਲੈਹਿਸ ਸਲਾਮ ਕਿਤੇ ਆਪਣੇ ਵਾਲਦੇ ਗਿਰਾਮੀ ਨੂੰ ਤੌਹੀਦ ਦਾ ਵਾਅਜ਼ ਸੁਣਾ ਰਹੇ ਨੇ, ਤੌਹੀਦ ਦੀਆਂ ਗੱਲਾਂ ਦੱਸ ਰਹੇ ਨੇ, ਕਿਤੇ ਕੌਮ ਨੂੰ ਜਾ ਕੇ ਕਦਮ ਕਦਮ 'ਤੇ ਕੌਮ ਦੀ ਰਹਿਨੁਮਾਈ ਫਰਮਾ ਰਹੇ ਨੇ। ਹਰ ਮੌਕੇ ਦਾ ਖਲੀਲ ਅਲੈਹਿਸ ਸਲਾਮ ਦਾ ਅੰਦਾਜ਼ ਵੱਖਰਾ ਹੈ, ਅੰਦਾਜ਼ ਨਿਰਾਲਾ ਤਬਲੀਗ ਦਾ। ਔਰ ਫਿਰ ਕਿਤੇ ਬਾਦਸ਼ਾਹ ਵਕਤ ਦੇ ਸਾਹਮਣੇ ਜਾਣਾ ਪਿਆ ਅਤੇ ਗਏ ਨੇ ਬਗੈਰ ਇਸ ਬਾਤ ਦੀ ਪਰਵਾਹ ਕੀਤੇ ਕਿ ਇਹ ਬਾਦਸ਼ਾਹ ਕੀ ਕਰੇਗਾ, ਕੀ ਅੰਜਾਮ ਹੋਏਗਾ। ਉੱਥੇ ਰੱਬ ਦੀ ਤੌਹੀਦ ਦਾ ਐਲਾਨ ਕੀਤਾ। ਆਓ ਮੈਂ ਕੁਰਾਨੇ ਪਾਕ ਚੋਂ ਸੈਯਦੁਨਾ ਇਬਰਾਹੀਮ ਅਲੈਹਿਸ ਸਲਾਮ ਦੀਆਂ ਗੱਲਾਂ ਸੁਣਾਵਾਂ। ਰੱਬੁਲ ਆਲਮੀਨ ਦਾ ਕੁਰਾਨ ਬੜੇ ਪਿਆਰੇ ਅੰਦਾਜ਼ ਨਾਲ ਬਾਪ ਔਰ ਕੌਮ ਦੇ ਸਾਂਝੇ ਦੇ ਜਿਹੜਾ ਤਬਲੀਗ ਕਰਦੇ ਰਹੇ ਨੇ ਉਹਦਾ ਤਜ਼ਕਿਰਾ ਕਰਦਾ। ਇਹ ਸੂਰਤ ਦਾ ਨਾਮ ਸੂਰਾ ਅਸ਼ੁਆਰਾ ਔਰ 19ਵਾਂ ਪਾਰਾ। ਅੱਲਾ ਜ਼ੁਲ ਜਲਾਲ ਦਾ ਕੁਰਾਨ ਅੰਦਾਜ਼ ਬੜਾ ਪਿਆਰਾ। ਅੱਲਾ ਫਰਮਾਉਂਦੇ ਨੇ ਵਤਲੂ ਅਲੈਹਿਮ ਨਬਾ ਇਬਰਾਹੀਮ ਇਜ਼ ਕਾਲਾ ਲੇ ਅਬੀਹਿ ਵਾ ਕੌਮਿਹਿ ਮਾ ਤਅਬੁਦੂਨ ਕਾਲੂ ਨਅਬੁਦੁ ਅਸਨਾਮਨ فَنَزَلُ لَهَا آكِفِينَ قَالَ هَلْ يَسْمَعُونَكُمْ إِذْ تَدْعُونَ أَوْ يَنْفَعُونَكُمْ أَوْ يَضُرُّونَ قَالُوا بَلْ وَجَدْنَا آبَاءَنَا كَذَلِكَ يَفْعَلُونَ ਜਲਾਲ ਨੇ ਨਾ ਬੜੇ ਪਿਆਰੇ ਅੰਦਾਜ਼ ਨਾਲ ਫਰਮਾਇਆ ਐ ਮੇਰੇ ਸੋਹਣਿਆ ਮਹਿਬੂਬਾ, ਐ ਮੇਰੇ ਲਾਡ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਸੋਹਣਿਆ ਮੇਰੇ ਖਲੀਲ ਦੇ ਬਾਰੇ ਕੁਰਾਨੇ ਪਾਕ ਲੋਕਾਂ ਨੂੰ ਪੜ੍ਹ ਕੇ ਸੁਣਾ। ਵਤਲੂ ਅਲੈਹਿਮ ਨਬਾ ਇਬਰਾਹੀਮ, ਸੋਹਣਿਆ ਇਹਨਾਂ ਦੇ ਇਬਰਾਹੀਮ ਅਲੈਹਿਸ ਸਲਾਮ ਦੀਆਂ ਖਬਰਾਂ, ਇਬਰਾਹੀਮ ਅਲੈਹਿਸ ਸਲਾਮ ਦੀ ਜ਼ਿੰਦਗੀ ਦੇ ਵਾਕਿਆਤ, ਇਬਰਾਹੀਮ ਅਲੈਹਿਸ ਸਲਾਮ ਦਾ ਅੰਦਾਜ਼ੇ ਤਬਲੀਗ, ਇਬਰਾਹੀਮ ਅਲੈਹਿਸ ਸਲਾਤੁ ਵਸਲਾਮ ਦਾ ਰੱਬ ਨਾਲ ਮੁਹੱਬਤ ਦਾ ਅੰਦਾਜ਼ ਔਰ ਤੌਹੀਦ ਦੀ ਗੈਰਤ, ਸੋਹਣਿਆ ਇਹਨਾਂ ਨੂੰ ਪੜ੍ਹ ਕੇ ਸੁਣਾ, ਆਪਣੀ ਕੌਮ ਨੂੰ ਪੜ੍ਹ ਕੇ ਸੁਣਾ, ਆਪਣੀ ਉਮਤ ਨੂੰ ਪੜ੍ਹ ਕੇ ਸੁਣਾ, ਇਹਨਾਂ ਨੂੰ ਪਤਾ ਲੱਗੇ ਤੌਹੀਦ ਦੀ ਗੈਰਤ ਕੀ ਹੁੰਦੀ ਹੈ ਔਰ ਤੌਹੀਦ ਨੂੰ ਬਿਆਨ ਕਰਨ ਲਈ ਜੁਰਅਤ ਕਿੰਨੀ ਪੈਦਾ ਕਰਨੀ ਪੈਂਦੀ ਹੈ ਔਰ ਤੌਹੀਦ ਨਾਲ ਪਿਆਰ ਦਾ ਅੰਦਾਜ਼ ਕਿੰਨਾ ਹੁੰਦਾ ਹੈ। ਸੋਹਣਿਆ ਇਹਨਾਂ ਨੂੰ ਪੜ੍ਹ ਕੇ ਸੁਣਾ ਦੇ। ਵਾਹ ਸੁਬਹਾਨ ਅੱਲਾ, ਰੱਬੁਲ ਆਲਮੀਨ ਦਾ ਕੁਰਾਨ ਅੰਦਾਜ਼ ਕਿੰਨਾ ਸੋਹਣਾ ਹੈ। ਅੱਲਾ ਫਰਮਾ ਰਿਹਾ ਨੇ ਸੋਹਣਿਆ ਇੰਝ ਕਹਿ ਇਹਨਾਂ ਨੂੰ, ਰੱਬਾ ਕੀ ਕਹਿ ਦਿਆ? ਅੱਲਾ ਫਰਮਾਉਂਦੇ ਨੇ ਇਜ਼ ਕਾਲਾ ਲੇ ਅਬੀ ਹੈ ਵਾ ਕੌਮਿਹੀ, ਜਦੋਂ ਜਨਾਬੇ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਨੇ ਆਪਣੇ ਅੱਬੂ ਨੂੰ ਔਰ ਆਪਣੀ ਕੌਮ ਨੂੰ ਆਖਿਆ, ਮਾ ਤਅਬੁਦੂਨ, ਉਹ ਤੁਸੀਂ ਕਿਹੜੀਆਂ ਇਬਾਦਤਾਂ ਦੇ ਪਿੱਛੇ ਲੱਗੇ ਹੋ, ਕਿਹੜੀਆਂ ਇਬਾਦਤਾਂ ਕਰਦੇ ਹੋ, ਤੁਹਾਡੀਆਂ ਇਬਾਦਤਾਂ ਦੇ ਅੰਦਾਜ਼ ਸਮਝ ਨਹੀਂ ਆ ਰਹੇ, ਤੁਹਾਡੀਆਂ ਇਬਾਦਤਾਂ ਦੇ ਅੰਦਾਜ਼ ਸਮਝ ਨਹੀਂ ਆ ਰਹੇ, ਤੁਹਾਡੀਆਂ ਇਬਾਦਤਾਂ ਤੁਹਾਡੇ ਮਹਬੂਬ ਸਮਝ ਨਹੀਂ ਆ ਰਹੇ, ਮੈਨੂੰ ਨਹੀਂ ਸਮਝ ਆਉਂਦੀ ਸਜਦਾ ਕਿਨੂੰ ਕਰ ਰਹੇ ਹੋ, ਮੈਨੂੰ ਨਹੀਂ ਸਮਝ ਆਉਂਦੀ ਰਕੂ ਕਿਨੂੰ ਕਰ ਰਹੇ ਹੋ, ਨਜ਼ਰਾਂ ਨਿਆਜ਼ਾਂ ਕਿਹਦੀਆਂ ਦਿੰਦੇ ਹੋ, ਚੜਾਵੇ ਕਿਹਦੇ ਨਾਂ ਦੇ ਚੜਦੇ ਹੋ, ਮੈਨੂੰ ਨਹੀਂ ਸਮਝ ਆਉਂਦੀ ਔਲਾਦਾਂ ਕਿੰਨਾ ਕੋਲੋਂ ਮੰਗਦੇ ਹੋ। ਅੱਲਾ ਅੱਲਾ, ਜਦੋਂ ਜਨਾਬੇ ਖਲੀਲ ਅਲੈਹਿ ਸਲਾਮ ਨੇ ਸਵਾਲ ਕੀਤਾ ਨਾ ਤੇ ਉਹਨਾਂ ਨੇ ਕੋਈ ਜਵਾਬ ਦਿੱਤਾ, ਆਂਦੇ ਨੇ ਨਾ
ਅਸਨਾਮ ਨਾਬਦ ਅਸਨਾਮ ਫਨਾ ਜ਼ਲੁਲਾ ਆ ਕੇ ਵੀ ਇਬਰਾਹੀਮ ਯਾਰ ਤੈਨੂੰ ਪਤਾ ਹੀ ਨਹੀਂ ਲੱਗਾ, ਇਬਰਾਹੀਮਾ ਤੈਨੂੰ ਅੰਦਾਜ਼ਾ ਹੀ ਨਹੀਂ, ਅਸੀਂ ਇਹਨਾਂ ਬੁੱਤਾਂ ਦੀਆਂ ਪੂਜਾ ਕਰਨੇ ਆ, ਇਹਨਾਂ ਦੇ ਕੋਲ ਹੀ ਬਹਿੰਦੇ ਆ, ਇਹਨਾਂ ਦਾ ਤਵਾਫ ਕਰਨੇ ਆ, ਇਹਨਾਂ ਕੋਲ ਇਤਕਾਫ ਕਰਨੇ ਆ, ਇਹਨਾਂ ਨਾਲ ਮੁਹੱਬਤਾਂ ਕਰਨੇ ਆ, ਇਹਨਾਂ ਦੇ ਚੜਾਵੇ ਜਾਣਨੇ ਆ, ਇਹਨਾਂ ਦੇ ਨਾਮ ਦੀਆਂ ਨਜ਼ਰਾਂ ਨਿਆਜ਼ਾਂ ਦੇਣੇ ਆ, ਇਹਨਾਂ ਅੱਗੇ ਰਕੂ ਤੇ ਸਜਦੇ ਕਰਨੇ ਆ। ਅੱਲਾਹ ਅੱਲਾਹ ਮੇਰੇ ਖਲੀਲ ਦਾ ਅੰਦਾਜ਼ ਕਿੰਨਾ ਪਿਆਰਾ ਹੈ। ਆਪ ਫਰਮਾਉਂਦੇ ਨੇ ਹਲ ਯਸਮਾਉਨਕੁਮ, ਹਲ ਯਸਮਾਉਨਕੁਮ ਇਦ ਤਦਉਨ ਔ ਯਨਫਉਨਕੁਮ ਔ ਯਜ਼ੁਰੂਨ। ਉਹ ਜਿੱਥੇ ਆ ਕੇ ਸਾਰਾ ਦਿਨ ਮੱਥੇ ਟੇਕਦੇ ਹੋ, ਜਿੱਥੇ ਆ ਕੇ ਸਾਰਾ ਦਿਨ ਨਜ਼ਰਾਂ ਨਿਆਜ਼ਾਂ ਦਿੰਦੇ ਹੋ, ਜਿਹਦੇ ਨਾਮ ਦੇ ਚੜਾਵੇ ਚਾੜਦੇ ਹੋ, ਮੈਨੂੰ ਜਵਾਬ ਦੇ ਦਿਓ ਨਾ, ਕਿਆ ਇਹ ਸੁਣਦੇ ਨੇ ਜਦੋਂ ਤੁਸੀਂ ਪੁਕਾਰਦੇ ਹੋ? ਇਹਨਾਂ ਨੂੰ ਸੁਣਿਆ ਜਾਂਦਾ, ਇਹ ਯਕੀਨ ਨਾ ਕਹਿ ਸਕਦੇ ਹੋ, ਪ੍ਰੈਕਟੀਕਲ ਸਾਬਿਤ ਕਰ ਸਕਦੇ ਹੋ? ਅੱਲਾ ਅੱਲਾ ਆਓ ਯਨਫਉਨਕੁਮ ਆਓ ਯਜ਼ੁਰੂਨ। ਤੇ ਇਹ ਵੀ ਜਵਾਬ ਦਿਓ, ਇਹ ਨਫੇ ਨੁਕਸਾਨ ਦੇ ਮਾਲਕ ਵੀ ਹੈ ਨੇ ਕਿ ਨਹੀਂ? ਇਹ ਨਫਾ ਦੇ ਸਕਦੇ ਨੇ, ਇਹ ਨੁਕਸਾਨ ਦੇ ਸਕਦੇ ਨੇ, ਜਵਾਬ ਦੇ ਆ ਜੇ ਜ਼ਰਾ। ਤੇ ਉਹਨਾਂ ਦਾ ਜਵਾਬ ਕੀ ਹੈ? ਉਹੀ ਅੱਜ ਦੇ ਮੁਸ਼ਰਕ ਦਾ ਜਵਾਬ ਹੈ। ਆਂਦੇ ਨੇ ਬਲ ਵਜਦ ਇਬਰਾਹੀਮ, ਬਹੁਤੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਆਉਂਦੇ। ਅਸੀਂ ਵੇਖਿਆ ਸਾਡੇ ਅੱਬੂ ਵੀ ਇੱਥੇ ਆ ਕੇ ਬਹਿੰਦੇ ਸਨ, ਅਸੀਂ ਵੇਖਿਆ ਸਾਡੇ ਦਾਦਿਆਂ ਦੇ ਵੀ ਇਹੋ ਹੀ ਮਬੂਦ ਸਨ, ਅਸੀਂ ਵੇਖਿਆ ਸਾਡੇ ਪੜਦਾਦਿਆਂ ਦੇ ਵੀ ਇਹੋ ਹੀ ਐਲਾਨ ਹੈ, ਅਸੀਂ ਵੇਖਿਆ ਜੱਦੀ ਪੁਸ਼ਤੀ ਇੱਥੇ ਹੀ ਆ ਕੇ ਮੱਥੇ ਟੇਕਣੇ ਆ, ਅਗਲੀਆਂ ਗੱਲਾਂ ਦਾ ਸਾਨੂੰ ਨਹੀਂ ਪਤਾ। ਜਿਵੇਂ ਅੱਜ ਦਾ ਮੁਸ਼ਰਕ ਆਂਦਾ, ਲਓ ਜੀ ਸਾਡੇ ਵੱਡੇ ਸਾਰੇ ਹੀ ਗਲਤ ਸਨ, ਤੁਹਾਨੂੰ ਹੀ ਸਾਰੀ ਅਕਲ ਆ ਗਈ ਹੈ, ਸਾਡੇ ਵੱਡਿਆਂ ਨੂੰ ਪਤਾ ਹੀ ਨਹੀਂ ਸੀ, ਤੁਹਾਨੂੰ ਬਹੁਤਾ ਪਤਾ ਹੈ। ਉਹ ਤੁਹਾਡੇ ਵੱਡਿਆਂ ਦਾ ਮੈਂ ਕੀ ਇਲਾਜ ਕਰਾਂ? ਉਹ ਮੈਂ ਆਪਣੀ ਜ਼ੁਬਾਨ ਨਾਲ ਕੁਝ ਨਹੀਂ ਕਹਿਣਾ ਚਾਹੁੰਦਾ। ਸੈਯਦਨਾ ਜਨਾਬ ਖਲੀਲ ਅਲੈਹਿ ਸਲਾਤੁ ਵਸਲਾਮ ਦਾ ਜਿਹੜਾ ਜਵਾਬ ਹੈ, ਉਹ ਉਸ ਤੌਰ ਤੇ ਵੱਡਿਆਂ ਲਈ ਵੀ ਤੇ ਤੁਹਾਡੇ ਵੱਡਿਆਂ ਲਈ ਵੀ। ਆ ਮੈਂ ਜਵਾਬ ਦੇਣ ਲੱਗਾ ਵਾ ਕੁਰਾਨ ਦੀ ਜ਼ੁਬਾਨੀ। ਆ ਫਰਮਾਉਂਦੇ ਨੇ ਅਫਰਾਇਤੁਮ ਮਾ ਕੁੰਤੁਮ ਤਅਬੁਦੂਨ ਅੰਤੁਮ ਵਆਬਾਉਕੁਮ ਅਕਦਮੂਨ। ਫਰਮਾਨ ਲੱਗੇ ਤੁਹਾਨੂੰ ਅਕਲ ਬੂਝ ਸਮਝ ਵੀ ਆਵੇ ਇਬਾਦਤਾਂ ਕਰਨ ਦੇ ਹੋ, ਤੁਸੀਂ ਤੇ ਤੁਹਾਡੇ ਵੱਡੇ ਅਕਲ ਵੀ ਆਵੇ ਕਿ ਕਿਹਦੀ ਇਬਾਦਤ ਹੈ, ਅੱਗੇ ਕੌਣ ਹੈ, ਕਿਹਦਾ ਸਿਸਟਮ ਹੈ, ਯਾਰ ਕੀ ਅੰਦਾਜ਼ ਹੈ, ਤੁਹਾਨੂੰ ਪਤਾ ਵੀ ਆਵੇ? ਅਜੇ ਕਹਿਣ ਲੱਗੇ ਇਬਰਾਹੀਮ ਤੂੰ ਕੀ ਕਹਿਣਾ ਚਾਹੁੰਦਾ? ਆਪ ਫਰਮਾਉਂਦੇ ਨੇ ਵਾ ਇਨਾ ਹੁਮ ਅਦੂਲੀ ਇਲਾ ਰੱਬਲ ਆਲਮੀਨ ਅੱਲਲੀ ਖਲਕਨੀ ਫਹੁਵਾ ਯਹਦੀਨ ਵੱਲਦੀ ਹੁਵਾ ਯੁਤਇਮੁਨੀ ਵਯਸਕੀਨ। ਵਾਹ ਖਲੀਲੁੱਲਾ, ਤੇਰੀ ਜ਼ਾਤ ਤੋਂ, ਤੇਰੀ ਜਾਨ ਤੋਂ ਸਦਕੇ ਜਾਵਾਂ, ਤੇਰੇ ਕਦਮਾਂ ਪਾਕਾਂ ਦੀ ਖਾਸ ਤੋਂ ਸਦਕੇ ਜਾਵਾਂ। ਵਾਹ ਕੁਰਾਨ, ਤੇਰੇ ਤੋਂ ਲੱਖ ਵਾਰ ਆਪਣੀ ਜਿੰਦ ਗੋਲ ਕਮਾਵਾਂ। ਅੰਦਾਜ਼ ਕਿੰਨਾ ਸੋਹਣਾ ਹੈ, ਔਰ ਅਲਫਾਜ਼ ਕਿੰਨੇ ਪਿਆਰੇ ਨੇ, ਔਰ ਰੱਬੁਲ ਆਲਮੀਨ ਦਾ ਤਰਜ਼ ਤਕੱਲਮ ਕਿੰਨਾ ਸੋਹਣਾ ਹੈ, ਇਹ ਕਲਾਮ ਰੱਬੁਲ ਆਲਮੀਨ ਦਾ, ਔਰ ਜਨਾਬੇ ਖਲੀਲ ਦਾ ਤਰੀਕਾ ਤਬਲੀਗ ਅੱਲਾਹ ਨੇ ਆਪਣੇ ਅੰਦਾਜ਼ ਨਾਲ ਦੱਸਿਆ। ਤੇ ਮੇਰਾ ਖਲੀਲ ਹੈ ਜੋ ਉਹਨਾਂ ਨਾਲ ਗੱਲਾਂ ਕਰਦਾ ਰਿਹਾ, ਆਵਾਜ਼ ਆਉਂਦੀ ਹੈ ਵਾ ਇਨਹੁਮ ਅਦੂਲੀ ਇਲਾ ਰੱਬਲ ਆਲਮੀਨ ਅੱਲਜ਼ੀ ਖਲਕਨੀ ਵਹੁਵਾ ਯਹਦੀ ਵੱਲ
الذي هو يطعمني ويسقين وإذا مرضت فهو يشفين والذي يميتني ثم يحيين والذي أطمع أن يغفر لي خطيئتي يوم الدين رب هب لي حكما وألحقني بالصالحين واجعل لي لسان صدق في الآخرين واجعل لي من ورثة جنة النعيم. آمدنے لوگو ਤੁਸੀਂ ਇਹਨਾਂ ਦੀਆਂ ਪੂਜਾ ਕਰਦੇ ਹੋ ਉਹ ਤੁਸੀਂ ਸਾਰੇ ਰਲ ਕੇ ਤੁਹਾਡੇ ਮਬੂਦ ਵੀ ਮੇਰੇ ਰੱਬ ਦੇ ਦੁਸ਼ਮਣ ਨੇ ਮੇਰੇ ਵੀ ਦੁਸ਼ਮਣ ਨੇ ਆਪਣੇ ਦੁਸ਼ਮਣ ਡਿਕਲੇਅਰ ਕਰਨ ਦੇ ਬਾਅਦ ਕੀ ਫਰਮਾਉਂਦੇ ਨੇ ਇਹ ਤੇਰਾ ਕੀ ਦਾ ਸੁਣਨਾ ਚਾਹੁੰਦੇ ਹੋ ਮੈਂ ਕੌਣ ਹਾਂ ਔਰ ਮੇਰਾ ਤਾਰਫ ਕੀ ਹੈ ਆਂਦੇ ਨੇ ਅੱਲਾ ਦੀ ਖਲਕਾਨੀ ਫਹੁਆ ਯਹਦੀ ਉਸ ਰੱਬ ਨੇ ਮੈਨੂੰ ਪੈਦਾ ਕੀਤਾ ਉਸ ਰੱਬ ਨੇ ਮੈਨੂੰ ਸਿੱਧੇ ਰਸਤੇ ਤੇ ਲਾਇਆ ਹੈ ਉਸ ਰੱਬ ਨੇ ਮੇਰੇ ਇਹ ਜਨਾਬ ਗੁੱਟੀ ਅੰਦਰ ਤੋਹੀਦ ਦਾ ਬੀਜ ਬੋਛੜਿਆ ਹੈ ਕੌਣ ਮੇਰਾ ਪਰਵਰਦਿਗਾਰ ਹੈ ਫਰਮਾਉਂਦੇ ਨੇ ਵੱਲਦੀ ਹੋਵਾਯੋ ਤੈਮੋਨੀ ਵਯਸਕੀਨ ਉਹ ਮੈਨੂੰ ਖਿਲਾਉਂਦਾ ਵੀ ਹੈ ਤੇ ਪਿਲਾਉਂਦਾ ਵੀ ਹੈ ਉਹ ਫੈਸਲਾ ਬਾਦੀ ਉਹ ਰਾਜ਼ਕ ਕੌਣ ਹੈ ਉੱਚੀ ਕਹੋ ਦਾਤਾ ਕੌਣ ਹੈ ਐ ਤੇਰਾ ਖਾਵਾਂ ਤੇਰੇ ਗੀਤ ਗਾਵਾਂ ਯਾ ਰਸੂਲ ਅੱਲਾ ਉਹ ਮੈਂ ਸਦਕੇ ਜਾਵਾਂ ਤੇਰੇ ਅਕੀਦੇ ਤੋਂ ਤੇਰੀ ਮੁਹੱਬਤ ਤੋਂ ਤੇਰੇ ਅੰਦਾਜ਼ ਤੋਂ ਕਾਬੇ ਦੇ ਰੱਬ ਦੀ ਕਸਮ ਹੈ ਕੁਰਾਨ ਨੇ ਕਿਹਾ ਹੈ ਅੱਲਾ ਫਰਮਾਉਂਦੇ ਨੇ ਯਾ ਅਯੂਹੰਨਾਸੁ ਅੰਤੁਮੁਲ ਫੁਕਰਾਉ ਇਲੱਲਾ ਓ ਕਾਇਨਾਤ ਦੇ ਲੋਗੋ ਤੁਸੀਂ ਸਾਰੇ ਫਕੀਰ ਮੇਰੇ ਅੱਲਾ ਦੇ ਹੋ ਅਯੂਹੰਨਾਸ ਵਿੱਚ ਅੰਬਿਆ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਅੰਬਿਆ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਔਲੀਆ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਸਿਹਾਬਾ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਤਾਬੇ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਮੁਹੱਦਸੀਨ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਔਲੀਆ ਵੀ ਦਾਖਲ ਹੈ ਅਯੋ ਅੰਨਾਸ ਵਿੱਚ ਖਤੀਬ ਵੀ ਦਾਖਲ ਹੈ ਅਯੋ ਹੰਨਾਸ ਵਿੱਚ ਗੱਦੀ ਨਸੀਨ ਵੀ ਦਾਖਲ ਹੈ ਅਯੋ ਹੰਨਾਸ ਵਿੱਚ ਪੀਰ ਵੀ ਦਾਖਲ ਹੈ ਅਯੋ ਹੰਨਾਸ ਵਿੱਚ ਪੱਗਾਂ ਵਾਲੇ ਵੀ ਦਾਖਲ ਹੈ ਅਯੋ ਹੰਨਾਸ ਵਿੱਚ ਉਹ ਜ਼ਮੀਨ ਤੇ ਬੱਸਣ ਵਾਲੇ ਵੀ ਦਾਖਲ ਨੇ ਜ਼ਮੀਨ ਦੇ ਥੱਲੇ ਜਾਣ ਵਾਲੇ ਵੀ ਦਾਖਲ ਨੇ ਸਾਰੇ ਫਕੀਰ ਕਿਹਦੇ ਨੇ ਉਹ ਉੱਚੀ ਕਹਿ ਦਿਓ ਜਿਹੜੇ ਰੱਬ ਦੇ ਫਕੀਰ ਬੋਲੋ ਅੱਲਾ ਦੇ ਫਕੀਰ ਅੱਲਾ ਅੱਲਾ ਔਰ ਜਨਾਬੇ ਖਲੀਲੁੱਲਾ ਨੇ ਅਕੀਦਾ ਦਿੱਤਾ ਓਏ ਖਾਣਾ ਵੀ ਰੱਬ ਦਾ ਤੇ ਗਾਣਾ ਵੀ ਗਾਂ ਖਾਣਾ ਵੀ ਰੱਬ ਦਾ ਹਮਦ ਵੀ ਰੱਬ ਦੀ ਓਏ ਗਾਂ ਖਾਣਾ ਵੀ ਰੱਬ ਦਾ ਤਰਾਨਾ ਵੀ ਰੱਬ ਦਾ ਖਾਣਾ ਵੀ ਰੱਬ ਦਾ ਸਸਤਾ ਵੀ ਰੱਬ ਦਾ ਖਾਣਾ ਵੀ ਰੱਬ ਦਾ ਰਕੋ ਵੀ ਰੱਬ ਦਾ ਓਏ ਖਾਣਾ ਵੀ ਰੱਬ ਦਾ ਜ਼ਿੰਦਗੀ ਵੀ ਰੱਬ ਦੀ ਖਾਣਾ ਵੀ ਰੱਬ ਦਾ ਤੇ ਮੌਤ ਵੀ ਰੱਬ ਦੇ ਨਾਂ ਤੇ ਕਿਹਦੇ ਨਾਂ ਤੇ ਕੁੱਲ ਇਨਾ ਸਲਾਤੀ ਵਦੋਸੋਕੀ ਵਮਹਯਾਯਾ ਵਮਮਾਤੀ ਲਿਲਾਹਿ ਰੱਬਿਲ ਆਲਮੀ ਕੁਰਾਨ ਦੀਆਂ ਝੜੀਆਂ ਲਾਉਣ ਲੱਗਾ ਫਰਮਾਉਂਦੇ ਨੇ ਵੱਲਦੀ ਹੋ ਭਾਈਓ ਤੇ ਇਮੋਨੀ ਵਯਸਕੀਨ ਮੇਰਾ ਰੱਬ ਹੋਵੇ ਮੈਨੂੰ ਖਿਲਾਉਂਦਾ ਵੀ ਹੈ ਮੈਨੂੰ ਪਿਲਾਉਂਦਾ ਵੀ ਹੈ ਕੌਣ ਮੇਰਾ ਰੱਬ ਹੈ ਵਾਇਦਾ ਮਰਿਦ ਫਹੂ ਵਯਸਕੀਨ ਮੈਂ ਬਿਮਾਰ ਹੋ ਜਾਂਦਾ ਵਾਂ ਮੇਰਾ ਅੱਲਾ ਮੈਨੂੰ ਸ਼ਿਫਾਵਾਂ ਵੀ ਦਿੰਦਾ ਹੈ
الذي هو يميت والذي يميتني ثم يحيين. میرے رب نے مینوں موت دینی ہے, میرے رب نے مینوں زندہ کرنا ہے. والذی اطمع ایغفر لی خطیئتی یوم الدین. مینوں رب تے یقین تے مان ہے, مینوں اپنے اللہ تے امید ہے. اللہ میری ساریاں خطاواں تو درگزر کرے گا. اللہ اللہ رب حبلی حکمر والحقنی بالصالحین. اپنے لیے دعاواں کرنی شروع کیتیا رب کو. اللہ مینوں نیکاں کاراں دے نال ملا دئی. وج علی لسان صدقن فی الاخرین. اللہ اینا ظالماں نے میری ایک نہیں سنی. مالکا تیرے اختیار اندر ہے. اللہ میرے کردار تے کوئی کیچڑ نہ اچھالے. اللہ میرے کردار دی حفاظت تو کرنی ہے. اللہ لوگ مینوں چنگے لفظاں نہ میرے بعد یاد رکھن. اور فیصلہ آبادی ہو میرے خلیل دی دعا ہے. اللہ میں مر جاواں میں تر جاواں لوگ مینوں چنگے لفظاں نہ یاد رکھن. جو کم چنگے کیتے ہون لوگ چنگے لفظاں نہ یاد رکھ دینے. اور لوگو اپنے گریبان اندر منہ پا کے ویکھیے سادیاں کرتوتاں کی نے تے امید کی رکھنے آ. وہ جویں دا کرنے آ جویں دا بونے آ اونج دا نکلدا آوندا ہے. کدی اپنی غریب بھن دے سر تے ہاتھ رکھیا کر, کدی اپنے غریب بھرا دے سر تے ہاتھ رکھیا کر, کدی اپنے محلے اندر کسے غریب بیوہ دا خیال رکھیا کر, یتیماں دی عزت دا خیال کریا کر, اپنے محلے اندر غریباں مسکیناں دا خیال کریا کر. اللہ پاک دی قسم اٹھا کے کہنا وا بندہ دنیا تو تر جاندا ہے یہ پیچھے ہاتھ چک چک کے ساری زندگی دے لئی دعاواں کرتے رہندے نے. اللہ اللہ مینو یاد آیا مولانا ثناء اللہ احمد تزری رحمت اللہ علیہ جدو انہاں تے حملہ ہویا. مختصر گل ٹائم کوئی نہیں, حملہ ہویا. آپ ہاسپٹل دے اندر پے نے, کلہاڑیاں دے وار کیتے ظالم نے کمر تے. جناب آپ ہاسپٹل چلے گئے نے, ذرا ہوش آؤں تے پتہ لگا وہ جنے نوجوان نے وار کیتے نے وہ پکڑیا گیا ہے. آپ فرمان لگے وہ اودے خاندان دا اودی فیملی دا پتا کرو. او تے جیل اندر ہے, او دے گھر دا انتظام کیویں چلدا ہے, او دے گھر دا نظام کیویں چلدا ہے, او دی بیوی بچے نے او دی امی ابو کی سسٹم ہے. پتا کیتا آ کے دسیا حضرت جی کلا ہی کمان والا سی, مولویاں دیاں گلاں جا کے تواڈے تے وار کیتا ہے. فرمان لگے اینو ایدے انجام نو پہنچنا چاہیدہ ہے, ایدے نا سی قانونی کاروائی جاری رکھاں گے. پر او دے خان دا انتظام ہی تے ضروری ہے نا. اونا بچیاں دا قصور کی ہے, اونا بچیاں دا جناب غلطی کی ہے. اینا نے جناب مولانا نے اپنے کسے خاص بندے دی ڈیوٹی لائی. کہنے لگے جدو تک میں صحت مند نہیں ہوندا او دے گھر پورا راشن پہنچانا ہے, او دے گھر دا انتظام چلانا ہے. جو میں صحت مند ہوں ویکھاں گا کی کرنا ہے. اونی دیر سلسلہ چلدا رہا. مولا نو اللہ نے سیر دیتی اپنی کمر تے ادھی رات ویلے راشن دے توڑے چک چکے دے گھر ٹوندے رہنے. وہ دس یار سارے اندر ساڈیاں آدتاں کنجدیاں نے, اسی تے اپنیاں نوں ڈنگ مار دے پھرنے آ, اسی تے اپنیاں نوں پیراں تلے رون دے پھرنے آ, اسی تے بھیڑاں دا خیال نہیں کر سکدے, اسی تے ویریاں دا خیال نہیں کر سکدے. ایسے ظالم نے امی تے ابو دی دوائی دا خیال نہیں کر سکدے. پر میں صدقے جاواں مال ٹھوندے رہنے. ایک وقت آیا یہ رہا ہو کے واپس آیا, کیس مکیا کئی سالاں دے بعد. انہیں آ کے ویکھیا گھر اندر راشن دی کھان پین دی برکتاں تے ریل پیل نے. کہن لگے مال کتھوں آؤں دا ہے, یہ نظام کیویں چلدے نے. اے میری تنظیم دے کے جاندی رہی ہے, ساڈے مولوی وہ ککھ کنڈا کسے نے کیتا جہدے تے ظالماں وار کردا رہے. اج تک روزی روٹی دا انتظام اللہ نے وہ دے ذریعے کرایا. اسے ویلے آیا مولانا دے قدمہ چ بہ گیا. کہن لگا مولانا بھلے کھیل جی مارے گئے ہاں, سانو تجربہ تے اندازہ
ਸੁਣਾਈ ਨਹੀਂ ਸੀ। ਮਸਲਕ ਅਹਲੇ ਹਦੀਸ ਕਬੂਲ ਕੀਤਾ, ਨਾਲ ਚੱਲਿਆ। ਮੌਲਾ ਉਧਰੋਂ ਸਰਗੋਦੇ ਆ ਕੇ ਡੇਰਾ ਲਾਇਆ, ਨਾਲ ਆ ਕੇ ਡੇਰਾ ਲਾਇਆ। ਅਜੇ ਮੌਲਾ ਤੁਰ ਗਿਆ, ਕਈ ਸਾਲ ਪਿੱਛੋਂ ਜ਼ਿੰਦਾ ਰਿਹਾ। ਫਜਰ ਦੀ ਨਮਾਜ਼ ਪੜ੍ਹਦਾ, ਸਿੱਧਾ ਕਬਰਸਤਾਨ ਆਉਂਦਾ ਤੇ ਬੁੱਕੋ ਬੁੱਕ ਖਲੋ ਕੇ ਰੋਈ ਜਾਂਦਾ ਕਬਰ ਤੇ ਦੁਆਵਾਂ ਕਰੀ ਜਾਂਦਾ। ਉਹ ਕਈਆਂ ਨੂੰ ਪਤਾ ਨਹੀਂ, ਪੁੱਛਦੇ ਨੇ ਆ ਕੇ ਕੀ ਗੱਲ ਏ, ਉਹ ਅਜ਼ੀਜ਼ਦਾਰੀ ਏ, ਰਿਸ਼ਤੇਦਾਰੀ ਏ, ਕੋਈ ਤਾਲੁਕ ਏ। ਆਂਦਾ ਨਾ ਤਾਲੁਕ ਏ, ਨਾ ਰਿਸ਼ਤੇਦਾਰੀ, ਨਾ ਅਜ਼ੀਜ਼ਦਾਰੀ, ਨਾ ਬਰਾਦਰੀ। ਇੱਥੇ ਦੀਨ ਦਾ ਇੱਕ ਰਿਸ਼ਤਾ ਐਸਾ ਕਾਇਮ ਹੋਇਆ, ਇਹਨਾਂ ਮੇਰੇ ਦਿਲ ਨੂੰ ਜਿੱਤਿਆ ਨਹੀਂ ਬਲਕਿ ਖਰੀਦ ਕੇ ਆਪਣਾ ਘਰ ਲਿਆ। ਇੰਜ ਲੋਕ ਚੰਗੇ ਲੱਭਦਾ, ਉਹ ਮੇਰੇ ਖਲੀਲ ਨੇ ਦਾਵਤ। ਉਹ ਕਦੀ ਹੋ ਸਕਦਾ ਬੰਦਾ ਤੌਹੀਦ ਦਾ ਕੰਮ ਕਰੇ ਤੇ ਲੋਕ ਨਾ ਬੜੀਆਂ ਬੜੀਆਂ, ਉਹ ਹਜ਼ਰਤ ਸਾਹਿਬ ਹੱਥ ਹੌਲਾ ਰੱਖਿਆ ਕਰੋ, ਉਹ ਵੀ ਤੁਹਾਡੇ ਖਿਲਾਫ ਗੱਲਾਂ ਕਰਦੇ, ਉਹ ਵੀ ਕਰਦੇ। ਮੈਂ ਆਹਨਾ ਜੇ ਦਿਲੋਂ ਹੋ ਕੇ ਤੌਹੀਦ ਦਾ ਕੰਮ ਕਰੀਏ ਨਾ, ਇੱਕ ਵਾਰੀ ਲੋਕ ਗੱਲਾਂ ਕਰਦੇ ਹੀ ਨੇ, ਲੋਕ ਤਾਨੇ ਮਾਰਦੇ ਹੀ ਨੇ, ਉਹ ਲੋਕ ਹੁਜਤਾਂ ਜੁਗਤਾਂ ਕਰਦੇ ਹੀ ਨੇ, ਲੋਕ ਮੁਖਾਲਫਤਾਂ ਕਰਦੇ ਹੀ ਨੇ। ਪਰ ਕਾਬੇ ਦੇ ਰੱਬ ਦੀ ਕਸਮੇ, ਅਗਰ ਦਿਲੋਂ ਸੱਚੇ ਹੋ ਕੇ ਤੌਹੀਦ ਦਾ ਕੰਮ ਕਰੀਏ, ਅੱਲਾਹ ਤੌਹੀਦ ਵਾਲੇ ਨੂੰ ਮਰਨ ਤੋਂ ਬਾਅਦ ਵੀ ਆਪਣੇ ਕਾਗਜ਼ਾਂ ਜ਼ਿੰਦਾ ਰੱਖਦਾ, ਉਹਦਾ ਨਿਜ਼ਾਮ ਹੀ ਵੱਖਰਾ ਰੱਬ ਬਣਾ ਦਿੰਦਾ। ਆਓ ਮੈਂ ਸਦਕੇ ਜਾਵਾਂ, ਮੇਰੇ ਖਲੀਲ ਅਲੈਹਿ ਸਲਾਤੁ ਵਸਲਾਮ ਰੱਬ ਦੇ ਸਾਹਮਣੇ ਦੁਆ ਕਰ ਰਹੇ ਨੇ, ਅੱਲਾ ਸੋਹਣਿਆ ਵਜਾ ਅਲਨੀ ਮਿਮ ਵਾਰਸਤ ਜੰਨਤਿਨ ਨਈਮ, ਅੱਲਾ ਮੈਨੂੰ ਜੰਨਤਾਂ ਦਾ ਵਾਰਸ ਬਣਾ ਦੇਈ। ਆ ਮੈਂ ਸਦਕੇ ਜਾਵਾਂ, ਮੇਰੇ ਖਲੀਲ ਨੇ ਕੌਰ ਮੁਕਾਮ ਤੇ ਰੱਬ ਨੇ ਨਕਸ਼ਾ ਖਿੱਚਿਆ। ਅੱਲਾ ਫਰਮਾਉਂਦੇ ਨੇ, ਆ ਮੇਰੇ ਲਾਡ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੋਹਣਿਆ ਐਲਾਨ ਕਰਦੇ ਹੋ, ਵਾਲਾ ਕਦ ਆਤੈਨ ਇਬਰਾਹੀਮ ਰੁਸਦਲ ਮਿਨ ਕਬਲ ਵਕੁਨ ਕਾਲੂ ਵਜਦਨਾ ਆਬਾਨ ਲਹਾਬਦੀਨ ਕਾਲ ਲਕਦ ਕੁਨ ਤੁਮ ਅਨ ਤੁਮ ਵਾਬ ਹੁਕਮ ਫੀ ਜ਼ਲਾਲਿਮ ਵੀ। ਮੇਰੇ ਖਲੀਲ ਦਾ ਇੱਕ ਔਰ ਮੁਕਾਮ ਤੇ ਤਜ਼ਕਿਰਾ ਹੈ, ਆਂਦੇ ਨੇ ਕਿੰਨਾ ਦੀ ਪੂਜਾ ਕਰਦੇ ਹੋ, ਉਹਨਾਂ ਕਹਿ ਜੀ ਇਹਨਾਂ ਦੀ ਕਰਦੇ ਆ, ਵੱਡੇ ਵੀ ਇੱਥੇ ਹੀ ਰਹੇ ਨੇ। ਫਰਮਾਇਆ ਅੰਤੁਮ ਵਾਹਕੁਮ ਫੀ ਜ਼ਲਾਲਿਮ ਮੁਬੀਨ, ਤੁਸੀਂ ਵੀ ਤੇ ਤੁਹਾਡੇ ਵੱਡੇ ਵੀ ਗੁਮਰਾਹੀਆਂ ਦੀ ਦਲਦਲ ਅੰਦਰ ਨੇ, ਹਦਾਇਤ ਤੇ ਕੋਈ ਨਹੀਂ। ਅੱਲਾ ਅੱਲਾ, ਆਈਏ ਕੁਰਾਨ ਦਾ ਇੱਕ ਔਰ ਮੁਕਾਮ ਪੇਸ਼ ਕਰਨਾ ਚਾਹੁੰਦਾ। ਜਨਾਬੇ ਖਲੀਲ ਅਲੈਹਿ ਸਲਾਤੁ ਵਸਲਾਮ ਇਹਨਾਂ ਨੂੰ ਵਾਜ਼ਾ ਤਬਲੀਗਾਂ ਕਿਸ ਅੰਦਾਜ਼ ਨਾਲ ਕਰਦੇ ਰਹੇ ਨੇ। ਆਈਏ ਸੂਰਤ ਸਾਫਾਤ ਨਿਕਲ ਆਈ ਹੈ, ਅੱਲਾ ਫਰਮਾਉਂਦੇ ਨੇ, ਮੇਰੇ ਲਾਡ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਵਇਨਨਾ ਮਿਨ ਸ਼ੀਅਤੀ ਲਇਬਰਾਹੀਮ ਇਜ਼ ਦੁਆ ਰੱਬਹੁ ਬਿਕਲਬਿਨ ਸਲੀਮ ਇਜ਼ ਕਾਲ ਲਿਅਬੀਹਿ ਵਕੌਮੀ ਮਾਜ਼ਾ ਤਅਬਦੂਨ ਆਇਫਕਨ ਆਲਿਯਤਨ ਦੂਨੱਲਾਹ ਤੁਰੀਦੂਨ ਕੁਮ ਬਿਰਬਿਲ ਆਲਮੀਨ। ਜਨਾਬੇ ਖਲੀਲ ਅਲੈਹਿ ਸਲਾਮ ਨੇ ਆਪਣੀ ਕੌਮ ਨੂੰ ਤੇ ਆਪਣੇ ਅੱਬੂ ਜੀ ਨੂੰ ਇਕੱਠੀਆਂ ਵਾਅਦਾ ਕੀਤੀਆਂ। ਇੱਕ ਦਿਨ ਅੱਬੂ ਨੇ ਪਾਉ ਫੜਿਆ ਤੇ ਅੰਦਰ ਲੈ ਕੇ ਆ ਗਏ, ਕਹਿਣ ਲੱਗੇ ਇਬਰਾਹੀਮ ਚੰਗਾ ਰੋਜ਼ ਜਾ ਕੇ ਤਮਾਸ਼ਾ ਲਾਉਣਾ, ਗਲੀਆਂ ਦੇ ਅੰਦਰ, ਚੌਕਾ ਚੁਰਸਤੇ ਅੰਦਰ, ਮਹੱਲਿਆਂ ਦੇ ਅੰਦਰ, ਲੋਕਾਂ ਦੇ ਮੂੰਹ ਅੱਗੇ ਮੈਂ ਆਉਂਦਾ ਜਾਂਦਾ ਵਾਂ, ਮੈਂ ਤੇ ਐਡਾ ਬਾਦਸ਼ਾਹ ਦਾ ਮੁਕਰਰਬ ਹਾਂ, ਮੈਨੂੰ ਤੇ ਬਾਦਸ਼ਾਹ ਦੀਆਂ ਇੰਨੀਆਂ ਮੁਹੱਬਤਾਂ ਹਾਸਲ ਨੇ, ਆ ਨਜ਼ਰ ਮੇਰੇ ਨਾਲ ਗੱਲ ਕਰ, ਮੈਨੂੰ ਖੁੱਲ ਕੇ ਦੱਸ ਕਰਨਾ ਕੀ ਚਾਹੁੰਦਾ। ਅਸੂਰਾ ਮਰੀਮ ਨਿਕਲ ਆਈ ਹੈ ਸਿਪਾਰਾ ਸੋਲਵਾਂ, ਔਰ ਮੈਂ ਸਦਕੇ ਜਾਵਾਂ ਖਲੀਲ ਤੇਰੀ ਦਾਵਤ ਤੋਂ ਆਵਾਜ਼ ਆਉਂਦੀ ਹੈ, ਵਾਜ਼ਕੁਰ ਫਿਲ ਕਿਤਾਬ ਇਬਰਾਹੀਮ।
ਅਵਲ ਅਬੀਏ ਯਾ ਆਬਾ ਤੇਲੇ ਮਾਤਾ ਬਦੂ ਮਾਲਾ ਯਸਨਾ ਵਲਾ ਯੁਬ ਜ਼ਰੋ ਵਲਾ ਯੁਗਨੀ ਅਨ ਕਜ਼ਿਆ ਯਾ ਆਬਦੀ ਇਨੀ ਕਦ ਜਾਨੀ ਮਿਨਲ ਇਲਮ ਮਾਲਮ ਯਾ ਅਤਿਕਾ ਫਤਾ ਬੇਨੀ ਆਹਦੇ ਕਾ ਸਿਰਾਤਨ ਸਭੀਆ ਯਾ ਆਬਦ ਲਾ ਤਾਬੁਦ ਸ਼ੈਤਾਨ ਇਨ ਸ਼ੈਤਾਨ ਕਾਨ ਨਿਰਰਹਿਮਾਨ ਸੀਆ ਯਾ ਆਬਦ ਇਨੀ ਅਖਾਫੁ ਅਯਮਸਕਾ ਅਜ਼ਾਬੁਮ ਮਿਨ ਰਹਿਮਾਨ ਫਤਕੁਨ ਲਿਸ਼ੈਤਾਨ ਵਲੀਆ ਕਾਲਾ ਅਰਾਗਬੁਨ ਅਰਤਾ ਅਨ ਯਾ ਇਬਰਾਹੀਮ ਲਾ ਇਲਾ ਮਤਨ ਤਾਇਲ ਅਰਜੁਮਨਕ ਵਾਹਜੁਰਨੀ ਮਲੀਆ ਕਾਲ ਸਲਾਮੁਨ ਅਲੈਕਾ ਸਾਸ ਤਗਫਿਰ ਲਕ ਰੱਬੀ ਇਨਹੁ ਕਾ ਨਬੀ ਹਫੀਆ ਜਨਾਬੇ ਖਲੀਲ ਅਲੈਹਿਸ ਸਲਾਮ ਆਪਣੇ ਅੱਬੂ ਦੇ ਸਾਹਮਣੇ ਬਹਿ ਗਏ ਨੇ ਕਹਿਣ ਲੱਗੇ ਅੱਬੂ ਜੀ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਮੈਂ ਕਿਹੜੇ ਰੱਬ ਦੀਆਂ ਗੱਲਾਂ ਕਰਨਾ ਵਾ ਅੱਬੂ ਜੀ ਆਓ ਮੇਰੇ ਨਾਲ ਗੱਲ ਕਰ ਲਓ ਯਾ ਆਪਾ ਤੇ ਇਹ ਮੇਰੇ ਅੱਬੂ ਜੀ ਤੁਸੀਂ ਕਿਉਂ ਪੂਜਾ ਕਰਦੇ ਹੋ ਇਹ ਕੌਮ ਤੇ ਬੇਵਕੂਫ ਹੈ ਤੁਸੀਂ ਤੇ ਮੇਰੇ ਆਪਣੇ ਹੋਣਾ ਤੁਸੀਂ ਤੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅੱਬੂ ਜੀ ਉਹਨਾਂ ਦੀ ਪੂਜਾ ਕਿਉਂ ਕਰਦੇ ਹੋ ਇਹ ਸੁਣਨ ਜੋਗੇ ਵੀ ਨਹੀਂ ਜਿਹੜੇ ਵੇਖਣ ਜੋਗੇ ਵੀ ਨਹੀਂ ਜਿਹੜੇ ਨਫਾ ਨੁਕਸਾਨ ਦੇ ਮਾਲਿਕ ਵੀ ਨਹੀਂ ਇਹ ਮੇਰੇ ਅੱਬਾ ਜੀ ਮੈਂ ਤੁਹਾਡੇ ਕੋਲ ਇਲਮ ਦੀਆਂ ਗੱਲਾਂ ਲੈ ਕੇ ਆਇਆ ਵਾਂ ਤੁਸੀਂ ਮੇਰੇ ਪਿੱਛੇ ਚੱਲੋ ਤੁਹਾਨੂੰ ਮੈਂ ਸਿੱਧਾ ਰਸਤਾ ਦਿਖਾਉਣਾ ਚਾਹੁੰਦਾ ਵਾਂ ਅੱਬੂ ਜੀ ਸ਼ੈਤਾਨ ਦੀ ਪੂਜਾ ਨਾ ਕਰੋ ਸ਼ੈਤਾਨ ਤੇ ਰੱਬ ਦਾ ਦੁਸ਼ਮਣ ਰੱਬ ਦਾ ਨਾ ਫਰਮਾਨ ਹੈ ਇਹ ਮੇਰੇ ਅੱਬਾ ਜੀ ਮੈਨੂੰ ਡਰ ਲੱਗਦਾ ਹੈ ਤੁਹਾਨੂੰ ਕਿਤੇ ਰੱਬ ਦਾ ਅਜ਼ਾਬ ਨਾ ਛੂ ਲੈ ਅੱਬੂ ਜੀ ਤੁਸੀਂ ਸ਼ੈਤਾਨ ਦੇ ਦੋਸਤ ਨਾ ਬਣੋ ਅੱਬੂ ਜੀ ਤੁਸੀਂ ਆਓ ਮੇਰੇ ਪਿੱਛੇ ਲੱਗੋ ਓਏ ਕਾਬੇ ਦੇ ਰੱਬ ਦੀ ਕਸਮੇ ਤੋਂ ਇਹ ਵੀ ਪਤਾ ਚੱਲਦਾ ਓਏ ਤੌਹੀਦ ਦਾ ਵਾਜ਼ ਕਰਦਾ ਜਿਹੜਾ ਇਲਮ ਦੀ ਗੱਲ ਕਰਦਾ ਬੜਾ ਹੋਏ ਛੋਟਾ ਹੋਏ ਅਮੀਰ ਹੋਏ ਗਰੀਬ ਹੋਏ ਜ਼ਾਤ ਬਰਾਦਰੀ ਦਾ ਕੋਈ ਵੀ ਹੋਏ ਇਹ ਨੁਕਸ ਉੱਚੀ ਬੋਲੋ ਸਾਡੇ ਉਹ ਤੂੰ ਬਹੁਤਾ ਸਿਆਣਾ ਉਹ ਤੂੰ ਬੱਚਾ ਹੈ ਅਜੇ ਕੱਲ ਦਾ ਤੂੰ ਫੁਲਾਣਾ ਉਹ ਮੇਰੇ ਖਲੀਲ ਕਹਿ ਰਹੇ ਨੇ ਅੱਬੂ ਜੀ ਮੇਰੇ ਕੋਲ ਰੱਬ ਦਾ ਇਲਮ ਆ ਗਿਆ ਮੇਰੇ ਪਿੱਛੇ ਚੱਲੋਗੇ ਤੇ ਜੰਨਤ ਦੇ ਵਾਰਸ ਬਣੋਗੇ ਇਹ ਕੋਈ ਇਲਮ ਕਿਸੇ ਦੀ ਜਗੀਰ ਨਹੀਂ ਕੋਈ ਐਵੇਂ ਉੱਠ ਕੇ ਕਹਿ ਲਓ ਜੀ ਤੁਹਾਨੂੰ ਅੱਜ ਤੌਹੀਦ ਦਾ ਪਤਾ ਲੱਗਾ ਕੋਈ ਕਹਿ ਜੀ ਇੰਜ ਹੋ ਗਿਆ ਕੋਈ ਉਹ ਨਹੀਂ ਅੱਲਾ ਪਾਕ ਦੀ ਕਸਮੇ ਮੇਰੇ ਖਲੀਲ ਨੇ ਜਦੋਂ ਅੱਬੂ ਨਾਲ ਗੱਲਾਂ ਕੀਤੀਆਂ ਅੱਬਾ ਜੀ ਅੱਬਾ ਜੀ ਅੱਬਾ ਜੀ ਅੱਬਾ ਜੀ ਕਰ ਰਿਹਾ ਨੇ ਮੈਂ ਤੇ ਤਫਸੀਰ ਦੀਆਂ ਕਿਤਾਬਾਂ ਅੰਦਰ ਪੜ੍ਹਿਆ ਅੱਬੂ ਕਹਿਣ ਲੱਗਾ ਓਏ ਇਬਰਾਹੀਮਾ ਤੂੰ ਮੈਨੂੰ ਮੇਰੇ ਰੱਬਾਂ ਤੋਂ ਮੂੰਹ ਮੋੜਨਾ ਚਾਹੁੰਦਾ ਐਡੇ ਸ਼ੌਕ ਨਾ ਮੈਂ ਬਣਾਏ ਨੇ ਐਡੇ ਸ਼ੌਕ ਨਾ ਮੈਂ ਉੱਚੀ ਬੋਲੋ ਬਣਾਏ ਤੇ ਇਹੀ ਹਾਲ ਹੈ ਐਡੇ ਸ਼ੌਕ ਨਾਲ ਨਵਾਇਆ ਐਡਾ ਸੋਹਣਾ ਤੇ ਮਹਿੰਗਾ ਕਫਨ ਪਾਇਆ ਐਡੀ ਸੋਹਣੀ ਚਾਦਰ ਚਾੜੀ ਹੈ ਐਡੇ ਅੱਛੇ ਮੁਕਾਮ ਤੇ ਇਹਨੂੰ ਜਾ ਕੇ ਦਫਨਾਇਆ ਉੱਤੇ ਸੰਗੇ ਮਰਮਰ ਲਾਇਆ ਔਰ ਉੱਤੇ ਕੀਮਤੀ ਤੋਂ ਕੀਮਤੀ ਚਾਦਰਾਂ ਚਾੜੀਆਂ ਨੇ ਅਜੇ ਤੁਹਾਨੂੰ ਯਕੀਨ ਨਹੀਂ ਹੈ ਅਜੇ ਤੁਹਾਨੂੰ ਪਤਾ ਨਹੀਂ ਅਹੇ ਮੈਂ ਤੁਸੀਂ ਕੀ ਆਉਂਦੇ ਹੋ ਅਸੀਂ ਆਉਂਦੇ ਹਾਂ ਬਾਬਾ ਜੀ ਵੇਖੋ ਤੁਹਾਨੂੰ ਅਸੀਂ ਗੁਲਾਬ ਦੇ ਅਰਕ ਨਾਲ ਨਵਾਇਆ ਬਾਬਾ ਜੀ ਬੇਲੀ ਦੇ ਪੱਤਿਆਂ ਨਾਲ ਨਵਾਇਆ ਕਫੂਰ ਪਾਇਆ ਖੁਸ਼ਬੂਆਂ ਲਾਈਆਂ ਨੇ ਆਲਾ ਮੁਕਾਮ ਦਾ ਤੁਹਾਨੂੰ ਲਿਆ ਕੇ ਕਫਨ ਦਿੱਤਾ ਤੁਹਾਨੂੰ ਸੋਹਣੇ ਮੰਜੇ ਤੇ ਪਾ ਕੇ ਲਿਆ ਕੇ ਅਸੀਂ ਜਨਾਬ ਸੋਹਣੀ ਜਗ੍ਹਾ ਤੇ ਦਫਨ ਕੀਤਾ ਉੱਤੇ ਸੋਹਣੇ ਤਰੀਕੇ ਨਾਲ ਮਿੱਟੀ ਪਾਈ ਹੈ ਉੱਤੇ ਸੰਗੇ ਮਰਮਰ ਲਾਇਆ ਉੱਤੇ ਇਮਾਰਤ ਪਾ ਦਿੱਤੀ ਹੈ ਉੱਤੇ ਸੋਹਣੀ ਚਾਦਰ ਚਾੜ ਦਿੱਤੀ ਹੈ ਬਾਬਾ ਜੀ ਅਸੀਂ ਕੋਈ ਕਸਰ ਛੱਡੀ ਹੈ ਅਹੇ ਨਹੀਂ ਤੁਸੀਂ ਤੇ ਨਹੀਂ ਛੱਡੀ ਤੇ ਬਾਬਾ ਜੀ ਤੁਸੀਂ ਵੀ ਕਸਰ ਨਾ ਛੱਡਿਓ ਹੈ ਕਿੱਡੇ ਅਕਲ ਦੇ ਅੰਨੇ ਨੇ ਯਾਰ ਕਿੱਡੇ ਭੋਲੇ ਬੰਦੇ ਨੇ ਉਹ ਕਿੱਡੇ ਜਨਾਬ ਅਕਲ ਤੋਂ ਪੈਦਲ ਨੇ ਬਾਬੇ ਦਾ ਸਾਰਾ ਹੀ ਦਾ ਉਹ ਜੋ ਤੁਸੀਂ ਨਵਾਉਂਦੇ ਰਹੇ ਹੋ ਵੇਖਿਆ ਬਾਬਾ ਤੇ ਆਪਣਾ ਹੱਥ ਲਾਉਣ ਜੋਗਾ ਨਹੀਂ ਇਮਾਨਦਾਰੀ ਨਾਲ ਦੱਸੋ ਉਹ ਜਿਹੜਾ ਬੰਦਾ
ਤੁਹਾਡਾ ਕੋਈ ਜੀਂਦਾ ਬੰਦਾ ਹੈ, ਸਮਝਦਾਰ ਅਕਲਮੰਦ ਬਾਸ਼ਊਰ ਆਦਮੀ ਹੈ, ਅਗਰ ਉਹ ਕੁਛ ਕਰਨ ਜੋਗਾ ਹੈ, ਮੈਂ ਆ ਤੁਸੀਂ ਉਹ ਫਲਾਂ ਹੈ, ਜ਼ੈਦ ਦੇ ਬੱਕਰ ਹੈ, ਕਦੀ ਦਿਲ ਕਰਦਾ ਕਿ ਸਾਨੂੰ ਕੋਈ ਹੋਰ ਉੱਠ ਕੇ ਨਵਾਣ ਤੁਰ ਪਏ, ਕੋਈ ਚਾਰ ਬੰਦੇ ਕਦੀ ਐਂ ਨੂੰ ਕਰਨ, ਕਦੀ ਐਂ ਨੂੰ ਕਰਨ, ਕਦੀ ਇੱਧਰ ਨੂੰ ਪਾਉਣ, ਕਦੀ ਇੱਧਰ ਨੂੰ ਪਾਉਣ, ਉਹ ਯਾਰ ਅਜੀਬ ਜਿਹੀਆਂ ਗੱਲਾਂ ਨੇ, ਇਹ ਤਾਂ ਬੇਬਸ ਹੋ ਕੇ ਬੰਦਾ ਫੱਟੇ 'ਤੇ ਪੈਂਦਾ, ਉਹਦੇ ਬਾਅਦ ਤੁਸੀਂ ਨਵਾਉਂਦੇ ਹੋ, ਬਾਬਾ ਜੀ ਤੁਹਾਡੇ ਨਾਲ ਅਸੀਂ ਮੁਹੱਬਤ ਕੀਤੀ, ਉਹ ਸਾਡੇ ਨਾਲ ਤੁਸੀਂ ਕਰਿਆ ਜੇ, ਕਿੱਡੀ ਅਕਲ ਦੀ ਮਾੜੀ ਗੱਲ ਹੈ। ਹੁਣ ਮੈਂ ਗੱਲ ਦੱਸਣਾ ਚਾਹ, ਮੇਰੇ ਖਲੀਲ ਨਾਲ ਆਉਂਦੇ ਨੇ, ਅੱਬਾ ਅੱਬਾ ਆਉਂਦਾ, ਉਹ ਐਡੇ ਸੋਹਣੇ ਮੈਂ ਬੁੱਤ ਬਣਾਏ ਨੇ ਅਤੇ ਤੂੰ ਆਉਂਦਾ ਇਹਨਾਂ ਦੀ ਪੂਜਾ ਨਹੀਂ? ਇਬਰਾਹਿਮ ਯਾਦ ਰੱਖੀ, ਮੈਂ ਪੱਥਰ ਮਾਰ ਮਾਰ ਕੇ ਰਜਮ ਕਰ ਦਿਆਂਗਾ, ਮੈਂ ਰੱਬ ਮਾਰ ਮਾਰ ਕੇ ਨਾ ਤੈਨੂੰ ਢਾ ਲਾਂਗਾ, ਉਹ ਪੱਥਰਾਂ ਨਹੀਂ ਸਕਦਾ, ਉਹ ਦੋ ਚਾਰ ਰੱਬ ਹੀ ਚੁੱਕ ਕੇ ਮਾਰ ਦਿਆਂਗਾ ਤੇਰੇ, ਤੂੰ ਆਖਿਆ ਨਹੀਂ ਲੱਗਦਾ? ਮੇਰੇ ਖਲੀਲ ਆਉਂਦੇ ਨੇ ਅੱਬਾ ਜੀ, ਗੁਮਰਾਹੀ ਦਾ ਰਸਤਾ, ਉਹ ਜਨਾਬੇ ਖਲੀਲ ਦੇ ਇਹਨੇ ਮੂੰਹ ਤੇ ਜਨਾਬ ਤਮਾਚਾ, ਬਾਬੇ ਨਾ ਕੁਝ ਵੀ ਕਰ ਸਕਦਾ। ਮੇਰੇ ਖਲੀਲ ਆਉਂਦੇ ਨੇ ਅੱਬਾ ਜੀ ਤੁਹਾਡੀਆਂ ਮਰਜ਼ੀਆਂ ਨੇ, ਧੱਕੇ ਮਾਰੇ ਅੱਬਾ ਜੀ ਤੁਹਾਡੀਆਂ ਮਰਜ਼ੀਆਂ ਨੇ, ਉਹ ਗੁੱਸਾ ਕੀਤਾ ਅੱਬਾ ਜੀ ਤੁਹਾਡੀ ਮਰਜ਼ੀ, ਆਉਂਦਾ ਜਾਤ ਨੂੰ ਜਾਇਦਾਦ ਤੋਂ ਆਗ ਕੀਤਾ, ਨਿਕਲ ਜਾ ਮੇਰੇ ਘਰੋਂ। ਜਨਾਬੇ ਖਲੀਲ ਅਲੈਹਿਸ ਸਲਾਮ ਘਰੋਂ ਨਿਕਲੇ ਨੇ, ਆਉਂਦੇ ਨੇ ਸਲਾਮੁਨ ਅਲੈਕ, ਅੱਬਾ ਜੀ ਤੁਹਾਡੇ 'ਤੇ ਸਲਾਮ ਹੋਣ, ਇਹ ਤੁਹਾਡਾ ਕਿਰਦਾਰ ਹੈ ਅਤੇ ਪੁੱਤਰ ਦਾ ਹੱਕ ਇਹੋ ਹੀ ਬਣਦਾ ਕਿ ਤੁਹਾਨੂੰ ਸਲਾਮ ਕਹਿ ਕੇ ਜਾਏ। ਇੱਥੇ ਦਾ ਕੋਈ ਹੋਵੇ ਨਾ ਪਿਓ ਪੁੱਤ, ਉਹ ਆਉਂਦਾ ਅੱਛਾ ਤੂੰ ਕਰ, ਮੈਂ ਤੈਨੂੰ ਕੋਰਟ ਨਾ ਘਸੀਟਿਆ ਅਤੇ ਮੈਨੂੰ ਪੁੱਤਰ ਕਿਹਨੇ ਕਹਿਣਾ? ਮੇਰੇ ਖਲੀਲ ਅਲੈਹਿਸ ਸਲਾਮ, ਅੱਬਾ ਜੀ ਸਲਾਮ, ਅਤੇ ਮੈਂ ਕੋਸ਼ਿਸ਼ ਕਰਾਂਗਾ ਅਗਰ ਰੱਬ ਨਾ ਡੱਕੇ ਤਾਂ ਤੁਹਾਡੇ ਲਈ ਰੱਬ ਕੋਲੋਂ ਦੁਆ ਕਰਦਾ ਰਹਾਂਗਾ। ਅੱਲਾ ਅੱਲਾ, ਫਿਰ ਉਹ ਵੀ ਵਕਤ ਆਇਆ, ਜਨਾਬੇ ਖਲੀਲ ਅਲੈਹਿਸ ਸਲਾਤੁ ਵਸਸਲਾਮ, ਮੈਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਜਨਾਬੇ ਖਲੀਲ ਘਰੋਂ ਨਿਕਲੇ ਨੇ, ਸਿੱਧਾ ਹੀ ਜਨਾਬ ਕੌਮ ਅਲ ਗਏ ਨੇ, ਕੌਮ ਨੇ ਫਿਰ ਅੱਗੋਂ ਵਾਰ ਕੀਤੀ ਹੈ, ਉਹ ਵੀ ਵੇਲਾ ਆਇਆ, ਜਨਾਬੇ ਖਲੀਲ ਅਲੈਹਿਸ ਸਲਾਤੁ ਵਸਸਲਾਮ ਆਪਣੀ ਕੌਮ ਨਾਲ ਗੁਹਵੇ ਗੁਫ਼ਤਗੂ ਨੇ, ਅਤੇ ਕੌਮ ਕਹਿਣ ਲੱਗੀ ਇਬਰਾਹੀਮ ਆ ਨਾ ਤੈਨੂੰ ਦਿਖਾਈਏ, ਜ਼ਰਾ ਅਸੀਂ ਮੇਲੇ 'ਤੇ ਚੱਲੇ ਹਾਂ, ਤੈਨੂੰ ਆਪਣਾ ਮਾਹੌਲ ਵਿਖਾਈਏ, ਤੈਨੂੰ ਆਪਣਾ ਅੰਦਾਜ਼ ਵਿਖਾਈਏ। ਇਬਰਾਹੀਮ ਅਲੈਹਿਸ ਸਲਾਮ ਨੇ ਅਸਮਾਨ ਵੱਲੇ ਵੇਖਿਆ, ਫਨਜ਼ਰ ਨਜ਼ਰਤਨ ਫਿਲ ਨੁਜੂਮ ਫਕਾਲ ਇਨੀ ਸਕੀਮ, ਫਨਜ਼ਰ ਨਜ਼ਰਤਨ ਫਿਲ ਨੁਜੂਮ ਫਕਾਲ ਇਨੀ ਸਕੀਮ, ਅਸਮਾਨਾਂ ਵੱਲੇ ਵੇਖਿਆ, ਰੱਬ ਵੱਲੇ ਵੇਖਿਆ, ਮਾਲਕਾ ਇਹ ਮੇਲਿਆਂ ਦੀ ਗੱਲ ਕਰਦੇ ਨੇ, ਅੱਲਾ ਮੇਰਾ ਮੇਲਿਆਂ ਨਾਲ ਤਾਲੁਕ ਕੀ ਹੈ? ਅੱਲਾ ਮੈਂ ਤੇ ਮੇਲਿਆਂ ਵਾਲਾ ਨਹੀਂ, ਰੱਬਾ ਤੂੰ ਜਾਣਦਾ, ਔਰ ਅੱਜ ਦੇ ਦੌਰ ਤੱਕ ਵੰਡਾਂ ਪਈਆਂ ਨੇ, ਇੱਕ ਮੇਲੇ 'ਤੇ ਜਾਣ ਵਾਲੇ ਨੇ, ਇੱਕ ਅਸਮਾਨਾਂ ਵੱਲੇ ਵੇਖ ਕੇ ਆਉਂਦੇ ਨੇ, ਮਾਲਕਾ ਕੀ ਹੁੰਦਾ ਪਿਆ? ਅਤੇ ਉਹ ਸਮਝਦੇ ਨੇ ਇਹਨਾਂ ਦਾ ਜਨਾਬ ਕੋਈ ਅੰਦਾਜ਼ ਹੀ ਨਹੀਂ, ਇਹਨਾਂ ਦਾ ਗੁਰੌਣਕ ਮੇਲਾ ਹੀ ਨਹੀਂ। ਅੱਲਾ ਪਾਕ ਦੀ ਕਸਮ ਉਠਾ ਕੇ ਕਹਿੰਦਾ ਵਾ, ਇਹਦੇ ਤੋਂ ਵੱਧ ਕੇ ਰੱਬ ਕੋਲੋਂ ਰੌਣਕ ਕੀ ਲੈਣੀ ਹੈ? ਸੈਂਕੜਿਆਂ ਦੀ ਤਾਦਾਦ ਅੰਦਰ ਬੰਦੇ ਬੈਠੇ ਨੇ, ਰੱਬ ਦਾ ਕੁਰਾਨ ਪੜ੍ਹਿਆ ਜਾਂਦਾ, ਤਵੱਜੋ ਨਾਲ ਸੁਣਦੇ ਨੇ, ਅਮਲ ਦੀ ਕੋਸ਼ਿਸ਼ ਕਰਦੇ ਨੇ, ਆਓ ਰਲ ਮਿਲ ਕੇ ਰੱਬ ਕੋਲੋਂ ਦੁਆ ਕਰੀਏ, ਅੱਲਾ ਇਹੋ ਜਿਹਾ ਮੇਲੇ ਸਾਰੀ ਜ਼ਿੰਦਗੀ ਲੱਗਦੇ ਰਹਿਣ, ਅੱਲਾ ਕੁਰਾਨ ਦੀ ਰੌਣਕ ਨਸੀਬ ਫਰਮਾ ਦੇ, ਅੱਲਾ ਕੁਰਾਨ ਦੀ ਮੁਹੱਬਤ ਨਸੀਬ ਫਰਮਾ ਦੇ, ਅੱਲਾ ਕੁਰਾਨ ਦਾ ਪਿਆਰ ਨਸੀਬ ਫਰਮਾ ਦੇ। ਇਹ ਕਹਿਣ ਲੱਗੇ ਤੁਸੀਂ ਜਾਓ, ਤੁਸੀਂ ਚਲੇ ਜਾਓ, ਅਤੇ ਇੱਕ ਵਕਤ ਇਹ ਵੀ ਸੀ ਜਨਾਬੇ ਖਲੀਲ ਅਲੈਹਿਸ ਸਲਾਮ ਨੇ ਗੁੱਸੇ 'ਚ ਇਹਨਾਂ ਨੂੰ ਕਿਹਾ ਸੀ, ਆਂਦੇ ਸਾਨੂੰ ਵਤਲਾਂਗੇ ਲਾਕੀਦਨ ਅਸਨਾਮਕੁਮ ਬਾਦ ਅੰਤੂ ਵੱਲੂ ਮੁਦਬਰੀਨ, ਤੁਹਾਡੇ ਰੱਬਾਂ ਦਾ ਮੈਂ ਨਿਬੜਾਂਗਾ ਜਦੋਂ ਤੁਸੀਂ ਮੁੜ ਕੇ ਆਓਗੇ, ਆ ਕੇ ਵੇਖੋਗੇ। ਅੱਲਾ ਅੱਲਾ, ਹੁਣ ਹੁੰਦਾ ਕੀ ਹੈ? ਮੁਖਤਸਰ ਗੱਲਾਂ 'ਤੇ ਤੁਸੀਂ ਸੁਣਦੇ ਰਹਿੰਦੇ ਹੋ, ਵਾਕਿਆ 'ਤੇ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ, ਮੇਰਾ ਲੰਬੇ ਲੰਬੇ ਵਾਕਿਆ ਸੁਣਾਉਣਾ ਮਕਸਦ ਕੋਈ ਨਹੀਂ, ਮੈਂ ਇਸ਼ਾਰਾ ਕਰਨਾ ਚਾਹੁੰਦਾ, ਇਹ ਸਾਰੇ ਮੇਲੇ 'ਤੇ ਚਲੇ ਗਏ ਨੇ, ਪਿੱਛੋਂ ਜਨਾਬ ਇਬਰਾਹੀਮ ਅਲੈਹਿਸ ਸਲਾਮ ਜਿੱਥੇ ਇਹਨਾਂ ਦੇ ਰੱਬ ਬੰਨੇ, ਉਹ ਬੰਨੇ ਨਹੀਂ ਸੋਰੀ, ਜਿੱਥੇ ਇਹਨਾਂ ਦੇ ਰੱਬ ਪੈ ਨੇ, ਹੈ ਮੇਰੇ ਮੂੰਹ ਸੱਚੀਆਂ ਗੱਲਾਂ ਨਿਕਲ ਚੱਲੀਆਂ ਸਨ, ਰੱਬ ਜਿੱਥੇ ਟੰਗੇ ਨੇ, ਇੰਝ ਕਹਿ ਲਓ ਬੰਨੇ ਰਹਿਣ ਦਿਓ, ਜਿੱਥੇ ਇਹਨਾਂ ਦੇ ਰੱਬ ਪੈ ਨੇ ਟੰਗੇ ਹੋਏ ਨੇ, ਉੱਥੇ ਕੁੰਡੀ ਖੋਲੀ 'ਤੇ ਆ ਗਏ ਨੇ, ਆ ਕੇ ਵੇਖਿਆ ਹਲਵਾ ਮੰਡਾ ਪਿਆ, ਆ ਕੇ ਵੇਖਿਆ ਇਹਨਾਂ ਦੇ ਜ਼ਰਦੇ ਪੈ ਨੇ, ਕੋਰਮੇ ਪੈ ਨੇ, ਅੱਗੇ ਜਨਾਬ ਬਰਿਆਨੀਆਂ ਪਈਆਂ ਨੇ, ਅੱਗੇ ਆ ਕੇ ਵੇਖਿਆ ਕੜਾਹੀਆਂ ਪਈਆਂ ਨੇ, ਖੀਰਾਂ ਪਈਆਂ ਨੇ। ਅੱਲਾ ਪਾਕ ਦੀ ਕਸਮੇ, ਥੋੜ੍ਹਾ ਜਿਹਾ ਬੰਦਾ ਲੈਣ ਤੋਂ ਇੰਜ ਹੋਏ ਤਾਂ ਬੜੀਆਂ ਲੱਭਦੀਆਂ ਜੇ,
ਬੜੀਆਂ ਲੱਭਦੀਆਂ ਜੇ ਹੈ ਮੌਲਵੀ ਜੀ ਤੁਸੀਂ ਨਹੀਂ ਖਾਂਦੇ ਸਾਨੂੰ ਮੂੰਹ ਕੋਲ ਆਇਆ ਅਸੀਂ ਵੀ ਖਾ ਸਕਦੇ ਹਾਂ ਪਰ ਕਾਬੇ ਦੇ ਰੱਬ ਦੀ ਕਸਮੇ ਜਿਹਦੇ 'ਤੇ ਆਮਿਨਾ ਦੇ ਲਾਲ ਦੀ ਮੋਲ ਨਾ ਹੋਏ ਖਾਣਾ ਤੇ ਦੂਰ ਦੀ ਗੱਲ ਹੈ ਵੇਖਣਾ ਵੀ ਗਵਾਰਾ ਕਰਦੇ ਨਹੀਂ ਕਰਦੇ ਮੇਰੇ ਖਲੀਲ ਅੰਦਰ ਗਾਣੇ ਜਾ ਕੇ ਵੇਖਿਆ ਬੜੇ ਬੜੇ ਰੱਬ ਪੈ ਨੇ ਤੇ ਇੱਕ ਵੱਡਾ ਰੱਬ ਜਨਾਬ ਬੈਠਾ ਹੋਇਆ ਇਹ ਵੀ ਸਾਹਮਣੇ ਪਿਆ ਤੇ ਬੜੀਆਂ ਬੜੀਆਂ ਡਿਸ਼ਾਂ ਪਈਆਂ ਨੇ ਤੇ ਸਾਹਮਣੇ ਜਾ ਕੇ ਖਲੋ ਗਾਣੇ ਰੱਬ ਵਾਲੇ ਅੰਦਰ ਜਾ ਕੇ ਇਹਨਾਂ ਨਾਲ ਗੱਲਾਂ ਕਰਨ ਲੱਗ ਪੈ ਨੇ ਸਾਹਮਣੇ ਨਾ ਖਲੋਤੇ ਨੇ ਤੇ ਵਹਿੰਦੇ ਰਹਿ ਯਾਰ ਹਿਲਦਾ ਜੁਲਦਾ ਹੀ ਕੋਈ ਨਹੀਂ ਇੰਨਾ ਕੁਝ ਪਿਆ ਤੇ ਖਾਂਦੇ ਪੀਂਦੇ ਹੀ ਕੋਈ ਨਹੀਂ ਆਉਂਦੇ ਨੇ ਅਲਾ ਤਾਕੁਲੂਨ ਤਰਜਮਾ ਮੇਰੀ ਜ਼ੁਬਾਨ ਵਿੱਚ ਕੁਰਾਨ ਕੀ ਆਉਂਦਾ ਅਲਾ ਤਾਕੁਲੂਨ ਖਾਂਦੇ ਕਿਉਂ ਨਹੀਂ ਤੇ ਤਫਸੀਰੇ ਹਬੀਬੀਆ ਉਹ ਚਵਲੋ ਖਾਂਦੇ ਕਿਉਂ ਨਹੀਂ ਜੇ ਹੈ ਯਾਰ ਅਸੀਂ ਵੀ ਹੌਲੀ ਹੌਲੀ ਕੋਈ 25-30 ਸਾਲ ਹੋ ਚੱਲੇ ਨੇ ਇਸ ਮੈਦਾਨ ਵਿੱਚ ਕੋਈ ਤਫਸੀਰ ਕਰਨੀ ਚਾਹੀਦੀ ਹੈ ਉਹ ਚਵਲੋ ਖਾਂਦੇ ਨਹੀਂ ਜੇ ਚੁੱਪ ਨੇ ਚਾਰ ਚੁਫੇਰੇ ਵਹਿੰਦੇ ਨੇ ਵੀ ਕੀ ਗੱਲ ਹੈ ਫਰਮਾਉਂਦੇ ਨੇ ਮਾਲਕੁਮ ਲਾ ਤੰਤਕੂਨ ਬੋਲਦੇ ਕਿਉਂ ਨਹੀਂ ਮੂੰਹ ਜ਼ੁਬਾਨ ਕੋਈ ਨਹੀਂ ਗੂੰਗੇ ਹੋ ਫਿਰ ਨਹੀਂ ਅੱਗੋਂ ਕਿੰਨੇ ਬੋਲਣ ਕੋ ਹੋਵੇ ਤੇ ਬੋਲੇ ਤੇ ਜਨਾਬੇ ਖਲੀਲ ਕੀ ਕਰਦੇ ਨੇ ਦੋ ਕੁ ਸਵਾਲ ਕਰਕੇ ਨਾ ਗੁੱਸਾ ਆ ਗਿਆ ਉਹ ਤੁਹਾਡੀ ਪੂਜਾ ਹਿੱਲਣ ਜੋਗੇ ਵੀ ਨਹੀਂ ਬੋਲਣ ਜੋਗੇ ਵੀ ਨਹੀਂ ਖਾਣ ਜੋਗੇ ਵੀ ਨਹੀਂ ਖਿਲਾਣ ਜੋਗੇ ਵੀ ਨਹੀਂ ਤੇ ਕਰਦੇ ਕੀ ਨੇ ਫਰਮਾਉਂਦੇ ਨੇ ਫਜ਼ਾਲਹੁਮ ਜੁਜ਼ਾਜ਼ਨ ਇਲਾ ਕਬੀਰ ਅੱਲਾਹੁਮ ਲਅੱਲਹੁਮ ਇਲੈਹ ਮੇਰੇ ਨਬੀ ਦਾ ਤਰੀਕਾ ਹੈ ਨਾ ਹਰ ਕਾ ਮਾਕਾ ਪਾ ਕਿੱਧਰੋਂ ਕਰਦੇ ਨੇ ਸੱਜੇ ਪਾਸਿਓਂ ਕਰਦੇ ਨੇ ਮੇਰੇ ਖਲੀਲ ਆਉਂਦੇ ਨੇ ਖਾਣਾ ਪੀਣਾ ਵੀ ਸੱਜੇ ਪਾਸਿਓਂ ਸ਼ੁਰੂ ਕਰਨਾ ਚਾਹੀਦਾ ਭੈਣ ਭੁਆਣ ਵੀ ਸੱਜੇ ਪਾਸਿਓਂ ਅਤੇ ਇਹਨਾਂ ਦਾ ਇਲਾਜ ਵੀ ਸੱਜੇ ਪਾਸਿਓਂ ਕਰਨਾ ਚਾਹੀਦਾ ਔਰ ਕੁਰਾਨ ਕੀ ਆਉਂਦਾ ਅੱਲਾ ਫਰਮਾਉਂਦੇ ਨੇ ਫਰਾਗਾਲੈਮ ਜ਼ਰਬੰ ਬਿਲ ਯਮੀਨ ਫਅਕਬਲੂ ਇਲੈਯ ਯਜ਼ਫੂਨ ਕੱਲੇ ਕੱਲੇ ਦੀ ਧੌਣ ਲਾਈ ਹੈ ਕੱਲੇ ਕੱਲੇ ਦੀਆਂ ਬਾਹਾਂ ਉੜਾਈਆਂ ਨੇ ਕਿਸੇ ਦੀ ਲੱਤ ਤੋੜੀ ਹੈ ਕਿਸੇ ਦੀ ਬਾਂਹ ਤੋੜੀ ਹੈ ਕਿਸੇ ਦਾ ਜਨਾਬ ਡੇਲਾ ਕਰ ਛੱਡਿਆ ਕਿਸੇ ਦਾ ਪੈਰ ਲਾ ਦਿੱਤਾ ਔਰ ਜਨਾਬ ਉਹਦੇ ਨਾ ਕੋਈ ਲੱਤ ਪਈ ਹਲਵੇ ਵਿੱਚ ਕੋਈ ਜਨਾਬ ਜ਼ਬਦੇ ਵਿੱਚ ਕਿਤੇ ਸਿਰ ਪਿਆ ਖੀਰ ਵਿੱਚ ਔਰ ਜਨਾਬ ਕਿਤੇ ਪੰਜੇ ਪੈਣੇ ਉੱਥੇ ਬਰਿਆਨੀ ਵਿੱਚ ਔਰ ਰੱਬ ਵਾਲੇ ਤਮਾਸ਼ਾ ਜਿਹਾ ਲੱਗ ਗਿਆ ਤੇ ਜਨਾਬੇ ਖਲੀਲ ਅਲੈਹਿਸ ਸਲਾਮ ਨਾ ਕੁੰਡੀ ਲਾ ਕੇ ਬਾਹਰ ਆ ਗਏ ਨੇ ਤੇ ਇਨਸ਼ਾਅੱਲਾ ਇੱਥੋਂ ਗੱਲ ਅਗਲੇ ਜੁਮੇ ਕਰਾਂ ਕੀ ਖਿਆਲ ਹੈ ਟਾਈਮ ਮੇਰਾ ਹੋ ਗਿਆ ਮੈਨੂੰ ਇੰਨਾ ਕੋਈ ਟਾਈਮ ਨਹੀਂ ਹੁਣ ਕਿਉਂਕਿ ਤੁਹਾਡਾ ਵੀ ਖਿਆਲ ਰੱਖਣਾ ਮੈਨੂੰ ਤਾਂ ਫਿਰ ਵੇਖੋ ਨਾ ਜੁਮਾ ਆਇਆ ਹੀ ਹੈ ਮੇਰੇ ਲੋਸਰ ਤੱਕ ਪੜ੍ਹੀ ਜਾਓ ਮਜ਼ਮੂਨ ਮੁੱਕਣ ਵਾਲਾ ਨਹੀਂ ਅੱਲਾਹ ਪਾਕ ਕੋਲੋਂ ਦੁਆ ਹੈ ਅੱਲਾਹ ਪਾਕ ਅਮਲ ਦੀ ਤੋਫੀਕ ਅਤਾ ਫਰਮਾਏ ਅਤੇ ਵਕਤ 'ਤੇ ਆਉਣਾ ਅਗਲੇ ਜੁਮੇ ਕੀ ਖਿਆਲ ਹੈ ਤੁਸੀਂ ਤਾਂ ਅੱਗੇ ਹੀ ਆਉਂਦੇ ਹੋ ਉਹਨਾਂ ਨੂੰ ਪੁੱਛਣ ਦੇ ਇਹ ਤਾਂ ਹਾਲ ਤਾਂ ਮਾਸ਼ਾਅੱਲਾ ਭਰਿਆ ਹੁੰਦਾ ਯਾਰ ਰੌਣਕਾਂ ਲੱਗੀਆਂ ਹੁੰਦੀਆਂ ਨੇ ਇਹ ਮਾਹੌਲ ਅੱਲਾਹ ਜਾਣਦਾ ਬੜੀ ਮਿਹਨਤ ਤੋਂ ਬਾਅਦ ਰੱਬ ਨੇ ਪੈਦਾ ਕੀਤਾ ਕਿ ਮੇਰੇ ਆਉਣ ਤੋਂ ਪਹਿਲੇ ਤੁਸੀਂ ਬੈਠੇ ਹੁੰਦੇ ਹੋ ਜਿਹੜੇ ਚੰਦ ਬੰਦੇ ਬਾਅਦ ਨੇ ਕੋਈ ਇੱਧਰ ਕਿਉਂ ਬਈ ਆਓਗੇ ਨਾ ਟਾਈਮ 'ਤੇ ਮਾੜੀ ਜੀ ਐਲ ਕੀ ਜੁਮੇ ਲਈ ਕੋਸ਼ਿਸ਼ ਕਰ ਲਓ ਇਨਸ਼ਾਅੱਲਾ ਹਾਂ ਹਾਂ ਚੁੱਕੋ ਚੁੱਕੋ ਹੱਥ ਮੌਲੀ ਸਾਹਿਬ ਖਾਇਆ ਕਰੋ ਸਾਡੇ ਕੋਲੋਂ ਪੀਆ ਕਰੋ ਅਤੇ ਜੁਮਾ ਆਪ ਹੀ ਪੜ੍ਹਾ ਲਿਆ ਕਰੋ ਹੈ ਇਹ ਗੱਲ ਠੀਕ ਹੈ ਉਹ ਭਾਈ ਜੁਮਾ ਟਾਈਮ ਨਾਲ ਪੜ੍ਹਿਆ ਕਰੋ ਜੁਮੇ ਦੇ ਵਾਸਤੇ ਤਗੋ ਦੋ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਲਗਨ ਦੇ ਨਾਲ ਮਿਹਨਤ ਦੇ ਨਾਲ ਜ਼ੌਕ ਦੇ ਨਾਲ ਸ਼ੌਕ ਦੇ ਨਾਲ ਜਿੰਨੇ ਸ਼ੌਕ ਨਾਲ ਆਓਗੇ ਕਾਬੇ ਦੇ ਰੱਬ ਦੀ ਕਸਮੇ ਇੱਕ ਜੁਮਾ ਵੀ ਤੁਸੀਂ ਟਾਈਮ ਨਾਲ ਪੜ੍ਹਿਆ ਹੋਇਆ ਨਾ ਅਤੇ ਕਿਆਮਤ ਤੋਂ ਅਗਰ ਉਹਦਾ ਮੁੱਲ ਵੇਖ ਲਿਆ ਤੁਸੀਂ ਹੱਥਾਂ 'ਤੇ ਦੰਦੀਆਂ ਵੱਢਣੀਆਂ ਨੇ ਕਾਸ਼ ਅਸੀਂ 11 ਵਜੇ ਜਾ ਕੇ ਬਹਿੰਦੇ ਇੰਨਾ ਅਜਰ ਹੈ ਜੁਮੇ ਦਾ ਕੋਈ ਐਸੀ ਹਦੀਸ ਨਹੀਂ ਜਿਹਦਾ ਇੰਨਾ ਅਜਰ ਤੁਹਾਨੂੰ ਨਜ਼ਰ ਆਏ ਜਿੰਨਾ ਜੁਮੇ ਦੀ ਫਜ਼ੀਲਤ ਦੀ ਹਦੀਸ ਹੈ ਅੱਲਾਹ ਪਾਕ ਸਾਨੂੰ ਅਮਲ ਦੀ ਤੋਫੀਕ ਅਤਾ ਫਰਮਾਏ।